ਅੱਜ ਪਿੰਡ ਲਾਲਪੁਰ 'ਚ ਅੱਗ ਲੱਗ ਗਈ। ਕਿਸੇ ਸ਼ਰਾਰਤੀ ਅਨਸਰ ਨੇ ਕੁਝ ਕਿਸੇ ਤਰ੍ਹਾਂ ਵੀ ਲਗਾਈ ਲੱਗ ਗਈ। ਜਦੋਂ ਫਾਇਰ ਬ੍ਰਿਗੇਡ ਮੰਗਾਈ ਗਈ ਨੂਰਪੁਰ ਬੇਦੀ ਤੋਂ ਪੀਰ ਬਾਬਾ ਜਿੰਦਾ ਸ਼ਹੀਦ ਦੀ, ਉਹਦੇ ਉੱਤੇ ਇੱਕ ਇਕੱਲਾ ਹੀ ਡਰਾਈਵਰ ਸੀ ਜੋ ਕਿ ਗੱਡੀ ਲਗਾਏਗਾ ਜਾਂ ਅੱਗ ਬੁਝਾਏਗਾ ਵਿਚਾਰਾ। ਉਹਦੇ ਨਾਲ ਪਿੰਡ ਵਾਲਿਆਂ ਨੇ ਮਿਲ ਕੇ ਹੈਲਪ ਕੀਤੀ ਤਾਂ ਜਿਹੜੀ ਹੈ ਅੱਗ ਬੁਝਾਈ ਗਈ। ਅਸੀਂ ਪ੍ਰਸ਼ਾਸਨ ਤੋਂ ਪੂਰਜੋਗ ਮੰਗ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਜਦੋਂ ਹੁੰਦੀਆਂ ਹਨ ਤਾਂ ਇਕੱਲਾ ਆਦਮੀ ਕਿਆ ਕਰੇਗਾ, ਅੱਗ ਬੁਝਾਏਗਾ ਜਾਂ ਮਸ਼ੀਨ ਪਾਣੀ ਭਰੇਗਾ ਕਿਆ ਕਰੇਗਾ। ਉਸ ਦੇ ਲਈ ਸਟਾਫ ਦੀ ਬਹੁਤ ਜ਼ਰੂਰਤ ਹੈ। ਸੋ ਪ੍ਰਸ਼ਾਸਨ ਨੂੰ ਪੂਰਜੋਰ ਮੰਗ ਕੀਤੀ ਜਾਂਦੀ ਹੈ ਕਿ ਡਰਾਈਵਰ ਦੇ ਲਈ ਹੋਰ ਜੋ ਸਟਾਫ ਹੈ, ਲੋੜੀਂਦਾ ਸਟਾਫ ਹੈ, ਉਸ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਹੋਰ ਕੋਈ ਨੁਕਸਾਨ ਹੋਣ ਤੋਂ ਬਚ ਸਕੇ।